20 22 22 साल के वह नौजवान भरा जिहड़े वीर सिर्फ घरों प्रशादा छकाने लिए आए सीगे उन्हां दे पट्टां विच मार मार के गोलियां इन्हां रंगड़ां ने दुष्टां ने साडे उन्हां नौजवान वीरां नूं फट्टण करके तोड़ दिता। ਮਾਵਾਂ ਨੇ ਪ੍ਰਸ਼ਾਦਾ ਛਕਾਉਣ ਵਾਸਤੇ ਤੋਰਿਆ ਮੋਟਰਸਾਈਕਲਾਂ ਤੇ ਕਿੱਕ ਮਾਰ ਕੇ ਜਿਹੜੇ ਨੌਜਵਾਨ ਆਏ ਇਹਨਾਂ ਬਾਦਲ ਕੇ ਬਦਮਾਸ਼ਾਂ ਨੇ ਇਹਨਾਂ ਦੇ ਗੁੰਡਿਆਂ ਨੇ ਉਹ ਰੋਟੀ ਖਵਾਉਣ ਵਾਲੇ ਸਿੱਖਾਂ ਦੇ ਪੱਟਾਂ ਵਿੱਚ ਮਾਰ ਮਾਰ ਗੋਲੀਆਂ ਉਹਨਾਂ ਨੂੰ ਲੰਗੜੇ ਕਰਕੇ ਇੱਥੋਂ ਤੋਰਿਆ ਸੀਗਾ। ਇਹਨਾਂ ਨੇ ਇਹ ਮੰਨਣ ਇਹਨਾਂ ਨੇ ਕਹਿੰਦਾ ਸੰਗਤ ਨੇ ਪਹਿਲਾਂ ਇੱਥੇ ਦੰਗਾ ਕੀਤਾ। ਕਮਾਲ ਦੀ ਗੱਲ ਹੈ ਪੁਲਿਸ ਨੇ ਉਹ ਪੁਲਿਸ ਦੇ ਜਿਹੜੇ ਛੋਟੇ ਮੁਲਾਜ਼ਮ ਮੈਨੂੰ ਇੱਕ ਹੌਲਦਾਰ ਮੈਡੀਕਲ ਕਾਲਜ 'ਚ ਮਿਲਿਆ ਸੀ ਉਹਨੇ ਕਿਹਾ ਸੀ ਕਹਿੰਦਾ ਜੀ ਅਸੀਂ ਆਪਦੇ ਅਫਸਰਾਂ ਨੂੰ ਹੱਥ ਜੋੜ ਜੋੜ ਕਹਿੰਦੇ ਰਹੇ ਵੀ ਇਹਦਾ ਨਾਮ ਜਪੀ ਜਾਂਦੇ ਇਹਨਾਂ ਨੂੰ ਨਾ ਕਰੋ ਪਰ ਇਹਨਾਂ ਦੇ ਕੋਈ ਆਰਡਰ ਸੀ ਇਹਨਾਂ ਦੀ ਪ੍ਰੀ ਪਲਾਂਟ ਸੀ ਕਿ ਇਹਨਾਂ ਨੂੰ ਡਰਾ ਕੇ ਇਹਨਾਂ ਨੂੰ ਧਮਕਾ ਕੇ ਅਸੀਂ ਉਹਨੂੰ ਸਰਸੇ ਵਾਲੇ ਨੂੰ ਖੁਸ਼ ਕਰਨਾ। ਸਾਡੀ ਕੌਮ ਨੂੰ ਬਿਮਾਰੀ ਹੈ ਭੁੱਲ ਜਾਂਦੀ ਹੈ ਅਸੀਂ ਭੁੱਲਣ ਨਹੀਂ ਦੇਣਾ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੂੰ ਜੇ ਬੇਈਮਾਨੀ ਕੀਤੀ ਤੇਰਾ ਹਸਰ ਵੀ ਬਾਦਲਾਂ ਵਾਲਾ ਹੋਊਗਾ। ਹੁਣ ਤੱਕ ਸਾਰੀ ਜਿਹੜੀ ਡਰਾਮੇਬਾਜ਼ੀ ਹੈ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ ਜੀ। ਸੋ ਕੈਪਟਨ ਅਮਰਿੰਦਰ ਸਿੰਘ ਤੁਸੀਂ ਜਾਗ ਜਾਓ ਅਤੇ ਇਹਨਾਂ ਜਿਹੜੇ ਬੇਅਦਬੀ ਕਰਾਉਣ ਦੇ ਪਿੱਛੇ ਜਿਹੜਾ ਜਨਰਲ ਡਾਇਰ ਸੀ ਉਹਨੂੰ ਫੜ ਕੇ ਅੰਦਰ ਦਿਓ। ਦੋ ਹਜ਼ਾਰ 2015 ਦੇ ਵਿੱਚ ਜਦੋਂ ਬੇਅਦਬੀ ਹੋਈ ਸੰਗਤ ਨੇ ਸ਼ਾਂਤਮਈ ਢੰਗ ਨਾਲ ਇੱਥੇ ਅੰਮ੍ਰਿਤ ਵੇਲੇ ਬੈਠ ਕੇ ਨਿਤਨੇਮ ਕਰਦਿਆਂ ਇਹ ਰੋਸ ਜਤਾਇਆ ਔਰ ਕਿਹਾ ਕਿ ਉਹਨਾਂ ਜ਼ਾਲਮਾਂ ਨੂੰ ਲੱਭੋ ਜਿਨ੍ਹੇ ਸਾਡੇ ਸਤਿਗੁਰੂ ਦੀ ਬੇਅਦਬੀ ਕੀਤੀ ਹੈ। ਤਾਂ ਉਦੋਂ ਬਾਦਲਕਿਆਂ ਨੇ ਬਾਬਰ ਬਣ ਕੇ ਜ਼ਕਰੀਆ ਬਣ ਕੇ ਪੁਲਿਸ ਦੇ ਰਾਹੀਂ ਸਾਡੇ 'ਤੇ ਤਸ਼ੱਦਦ ਕੀਤਾ ਔਰ ਸਾਡੇ ਦੋ ਨੌਜਵਾਨ ਸ਼ਹੀਦ ਕੀਤੇ ਬਾਬਲ ਕਲਾਂ ਦੇ ਵਿੱਚ ਬਹੁਤ ਸਾਰੇ ਫੱਟੜ ਕਰ ਦਿੱਤੇ ਵੀਰ। ਅਸੀਂ ਜਿਵੇਂ ਪਿਛਲੇ ਸਾਲ ਇਹ ਲਾਣਤ ਦਿਹਾੜਾ ਬਿਲਕੁਲ ਉਸੇ ਤਰ੍ਹਾਂ ਅੱਜ ਇਹ ਲਾਣਤ ਦਿਹਾੜਾ ਮਨਾਇਆ ਨਿਤਨੇਮ ਤੋਂ ਸ਼ੁਰੂਆਤ ਹੋਈ ਹੈ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਸ਼ਾਂਤਮਈ ਢੰਗ ਨਾਲ ਇੱਦਾਂ ਅਸੀਂ ਬਾਣੀ ਪੜ੍ਹਦੇ ਹਾਂ ਅਤੇ ਸਾਡੇ ਨੌਜਵਾਨ ਭਰਾ ਜਿਹੜੇ ਮੈਂ ਮਤਲਬ ਘਰੋਂ ਆਏ ਸੀ ਵੀਰ ਉਹ ਪ੍ਰਸ਼ਾਦਾ ਛਕਣ ਵਾਸਤੇ ਛਕਾਉਣ ਵਾਸਤੇ ਆਏ ਸੀ ਸੰਗਤ ਨੂੰ ਬਾਦਲਕਿਆਂ ਨੇ ਪ੍ਰਸ਼ਾਦਾ ਛਕਾਉਣ ਆਏ ਉਹਨਾਂ ਨੌਜਵਾਨਾਂ ਨੂੰ ਬਖਸ਼ਿਆ ਨਹੀਂ। ਮੈਂ ਉਹਨਾਂ ਵੀਰਾਂ ਨੂੰ ਮਿਲਿਆ 20 22 22 ਸਾਲ ਦੇ ਉਹ ਨੌਜਵਾਨ ਭਰਾ ਜਿਹੜੇ ਵੀਰ ਸਿਰਫ ਘਰੋਂ ਪ੍ਰਸ਼ਾਦਾ ਛਕਾਉਣ ਲਈ ਆਏ ਸੀਗੇ ਉਹਨਾਂ ਦੇ ਪੱਟਾਂ ਵਿੱਚ ਮਾਰ ਮਾਰ ਕੇ ਗੋਲੀਆਂ ਇਹਨਾਂ ਰੰਗੜਾਂ ਨੇ ਦੁਸ਼ਟਾਂ ਨੇ ਸਾਡੇ ਉਹਨਾਂ ਨੌਜਵਾਨ ਵੀਰਾਂ ਨੂੰ ਫੱਟੜ ਕਰਕੇ ਤੋੜ ਦਿੱਤਾ ਔਰ ਮਾਵਾਂ ਨੇ ਬਹੁਤ ਪਿਆਰ ਦੇ ਨਾਲ ਉਹਨਾਂ ਨੂੰ ਤੋਰਿਆ ਸੀ ਕਿ ਪੁੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਆਪਾਂ ਸਭ ਕੁਛ ਲਿਆ ਅੱਜ ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਅਤੇ ਤੁਸੀਂ ਜਿਹੜਾ ਜਾਓ ਸੰਗਤ ਦੀ ਸੇਵਾ ਕਰਨ। ਮਾਵਾਂ ਨੇ ਪ੍ਰਸ਼ਾਦਾ ਛਕਾਉਣ ਵਾਸਤੇ ਤੋਰਿਆ ਮੋਟਰਸਾਈਕਲਾਂ 'ਤੇ ਕਿੱਕ ਮਾਰ ਕੇ ਜਿਹੜੇ ਨੌਜਵਾਨ ਆਏ ਇਹਨਾਂ ਬਾਦਲ ਕੇ ਬਦਮਾਸ਼ਾਂ ਨੇ ਇਹਨਾਂ ਦੇ ਗੁੰਡਿਆਂ ਨੇ ਉਹ ਰੋਟੀ ਖਵਾਉਣ ਵਾਲੇ ਸਿੱਖਾਂ ਦੇ ਪੱਟਾਂ ਵਿੱਚ ਮਾਰ ਮਾਰ ਗੋਲੀਆਂ ਉਹਨਾਂ ਨੂੰ ਲੰਗੜੇ ਕਰਕੇ ਇੱਥੋਂ ਤੋਰਿਆ ਸੀਗਾ। ਅਸੀਂ ਇਹੋ ਜਿਹੇ ਜਾਬਰਾਂ ਨੂੰ ਉਹਨਾਂ ਦੀਆਂ ਕਰਤੂਤਾਂ ਜਿਹੜੀਆਂ ਨੇ ਜੱਗ ਜਾਹਰ ਲਗਾਤਾਰ ਕਿਉਂਕਿ ਸਾਡੀ ਕੌਮ ਨੂੰ ਬਿਮਾਰੀ ਹੈ ਭੁੱਲ ਜਾਂਦੀ ਹੈ ਅਸੀਂ ਭੁੱਲਣ ਨਹੀਂ ਦੇਣਾ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੂੰ ਜੇ ਬੇਈਮਾਨੀ ਕੀਤੀ ਤੇਰਾ ਹਸਰ ਵੀ ਬਾਦਲਾਂ ਵਾਲਾ ਹੋਊਗਾ। ਹੁਣ ਤੱਕ ਸਾਰੀ ਜਿਹੜੀ ਡਰਾਮੇਬਾਜ਼ੀ ਹੈ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ ਜੀ। ਅਸੀਂ ਅੱਜ ਇੱਥੇ ਸੰਗਤ ਵੱਲੋਂ ਉਹਨਾਂ ਨੂੰ ਲਾਣ ਅਤੇ ਆਪਣਾ ਗਦਾਰ ਏ ਕੌਮ ਦੇ ਨਾਲ ਇੱਥੇ ਸਾਰਾ ਹੋਣਾ ਗਦਾਰ ਏ ਕੌਮ ਦੇ ਨਾਲ ਉਹਨੂੰ ਤੁਰਕਾਰਿਆ ਜਾਣਾ ਕਿ ਤੂੰ ਫਖਰ ਏ ਕੌਮ ਨਹੀਂ ਆਪੀ ਜਥੇਦਾਰ ਕੱਢਦਾ ਆਪਣੇ ਲਿਫਾਫਿਆਂ 'ਚੋਂ ਆਪੀ ਤੂੰ ਫਖਰ ਏ ਕੌਮ ਬਣ ਜਾਂਦਾ ਅਸਲ ਵਿੱਚ ਗਦਾਰ ਏ ਕੌਮ ਹੈ ਇਹਦੀ ਇੱਕ ਇੱਕ ਗਦਾਰੀ ਅੱਜ ਗਿਣਾਵਾਂਗੇ ਕਿ ਭਾਸ਼ਾਵਾਂ ਦੇ ਪੰਜਾਬੀ ਭਾਸ਼ਾ ਦਾ ਵੀ ਦੁਸ਼ਮਣ ਹੈ ਔਰ ਪੁਲਿਸ ਮੁਕਾਬਲੇ ਕਰਨ ਵਾਲਾ ਇਹ ਝੂਠੇ ਪੁਲਿਸ ਮੁਕਾਬਲੇ ਦੇ ਹੁੰਦੇ ਸ਼ੁਰੂ ਹੋਏ ਔਰ ਹੋਰ ਜਿਹੜੀਆਂ ਵੱਡੀਆਂ ਵੱਡੀਆਂ ਇਹਦੀਆਂ ਗਦਾਰੀਆਂ ਨੇ ਉਹ ਇੱਕ ਇੱਕ ਗਦਾਰੀ ਜਿਹੜੀ ਅਸ ਇੱਥੇ ਗਿਣਾ ਕੇ ਇਹਨੂੰ ਗਦਾਰ ਏ ਕੌਮ ਦੇ ਨਾਲ ਇੱਥੇ ਦੁਰਕਾਰਿਆ ਜਾਣਾ ਜੀ। ਤੁਹਾਡੇ ਵੱਲੋਂ ਕਿਹਾ ਗਿਆ ਸਰਕਾਰਾਂ ਤੋਂ ਝਾਗ ਨਿਕਲਦੀ ਹੈ
ਅਸੀਂ ਜੀ ਸਾਡੇ ਦਰਬਾਰੇ ਖਾਲਸਾ ਦੀ ਪ੍ਰਚਾਰਕ ਟੀਮ ਹਰ ਇੱਕ ਸਟੇਜ 'ਤੇ ਜਿੱਥੇ ਗੁਰਮਤਿ ਦਾ ਪ੍ਰਚਾਰ ਕਰਦੀ ਹੈ ਉੱਥੇ ਬੇਅਦਬੀ ਘਟਨਾਕ੍ਰਮ ਦੇ ਉੱਤੇ ਡਿਟੇਲ ਦੇ ਵਿੱਚ ਗੱਲਾਂ ਹੁੰਦੀਆਂ ਨੇ। ਲਗਾਤਾਰ ਅਸੀਂ ਜਿਹੜਾ ਸੁਚੇਤ ਕਰਦੇ ਹਾਂ, ਸੰਗਤ ਨੂੰ ਜਾਗਰੂਕ ਕਰਦੇ ਹਾਂ ਤਾਂ ਜੋ ਇਹਨਾਂ ਦੀ ਹਕੀਕਤ ਹੈ ਉਹ ਸਮਝ ਆ ਸਕੇ, ਔਰ ਨਾਲ ਜਿਹੜਾ ਸੰਘਰਸ਼ ਦੇ ਨਾਂ 'ਤੇ ਦੁਕਾਨਾਂ ਚਲਾਉਣ ਵਾਲੇ ਲੋਕ ਨੇ ਉਹਨਾਂ ਤੋਂ ਵੀ ਸਾਨੂੰ ਜਿਹੜਾ ਸਾਵਧਾਨ ਰਹਿਣ ਦੀ ਲੋੜ ਹੈ, ਇਹ ਵੀ ਨਾਲ ਬੇਨਤੀ ਕਰਦੇ ਹਾਂ। ਮੈਂ ਤਾਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਨਾ ਤਾਂ 78 ਭੁੱਲੇ ਆ, ਨਾ 84 ਭੁੱਲੇ ਆ, ਨਾ 47 ਭੁੱਲੇ ਆ, ਅਤੇ ਨਾ ਹੋਣ ਵਾਲੀ ਬੇਅਦਬੀ ਭੁੱਲੇ ਆ। ਸੋ ਕੈਪਟਨ ਅਮਰਿੰਦਰ ਸਿੰਘ ਤੁਸੀਂ ਜਾਗ ਜਾਓ ਅਤੇ ਇਹਨਾਂ ਜਿਹੜੇ ਬੇਅਦਬੀ ਕਰਾਉਣ ਦੇ ਪਿੱਛੇ ਜਿਹੜਾ ਜਨਰਲ ਡਾਇਰ ਸੀ ਉਹਨੂੰ ਫੜ ਕੇ ਅੰਦਰ ਦਿਓ, ਤਾਂ ਹੀ ਸਾਡੇ ਜ਼ਖਮਾਂ 'ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਦੇਸ਼ ਸਾਰਿਆਂ ਲਈ ਸਾਂਝਾ ਹੈ। ਸੋ ਇਹ ਸਾਰੇ ਪੰਜਾਬੀਆਂ ਦੀ ਮੰਗ ਹੈ, ਦੁਨੀਆਂ ਦੇ ਵਿੱਚ ਬੈਠੇ ਪੰਜਾਬੀ ਦੀ ਮੰਗ ਹੈ। ਜਿਹੜਾ ਵੀ ਇਹ ਜਨਰਲ ਡਾਇਰ ਸੀ ਜਿਹਨੇ ਇਹ ਬੇਅਦਬੀ ਕਰਵਾਈ, ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਬੇਅਦਬੀ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕਤਲ ਕਰਾਇਆ, ਉਹਨਾਂ ਨੂੰ ਫੜ ਕੇ ਅੰਦਰ ਦਬਾਉਣ। ਬੇਅਦਬੀ ਦਲ ਹੈ ਜੀ ਉਹ, ਅਕਾਲੀ ਦਲ ਨੂੰ ਨਵਾਂ ਨਾਂ ਨਹੀਂ ਦਿੱਤਾ। ਅਕਾਲੀ ਦਲ ਤਾਂ ਅਕਾਲੀ ਰਹੇਗਾ, ਪਰ ਅਕਾਲੀ ਦਲ ਜਿਹੜਾ ਬਾਦਲ ਹੈ ਉਹ ਬੇਅਦਬੀ ਦਾ ਦਲ ਹੈ। ਜਦੋਂ ਜਦੋਂ ਇਹਨਾਂ ਦੀ ਸਰਕਾਰ ਆਈ, ਇਹਨਾਂ ਨੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ, ਇਹਨਾਂ ਨੇ 78 ਵੇਲੇ ਵੀ ਖਿਲਵਾੜ ਕੀਤਾ, ਇਹਨਾਂ ਨੇ 84 ਦੀਆਂ ਭਾਵਨਾ ਭੜਕਾ ਕੇ ਉਹ 'ਚੋਂ ਵੋਟਾਂ ਲਈਆਂ, ਕੀਤਾ ਕੁਛ ਨਹੀਂ, ਕਿਉਂਕਿ ਇਹਨਾਂ ਦੀ ਸੈਂਟਰ ਵਿੱਚ ਸਰਕਾਰ ਰਹੀ ਆ। ਉਦੋਂ 84 ਦੇ ਦੋਸ਼ੀਆਂ ਨੂੰ ਕਹਿੰਦੇ ਸਜ਼ਾ ਦਿੱਤੀ, ਫਿਰ ਇਹਨਾਂ ਨੇ ਜਦੋਂ ਆਹ ਹੁਣ ਜਦ ਬੇਅਦਬੀ ਹੋਈ ਆ, ਸਾਰਾ ਕੁਛ ਇਹਨਾਂ ਦੇ ਸਾਹਮਣੇ ਸੀ। ਇਹਨਾਂ ਦਾ ਵੀਡੀਓ ਰਿਕਾਰਡਿੰਗ ਦੇਣ ਤੋਂ ਇਨਕਾਰ ਕਰਤਾ ਇਹਨਾਂ ਨੇ। ਇਹ ਮੰਨਣ ਇਹਨਾਂ ਨੇ ਕਹਿਣਾ ਸੰਗਤ ਨੇ ਪਹਿਲਾਂ ਇੱਥੇ ਦੰਗਾ ਕੀਤਾ, ਕਮਾਲ ਦੀ ਗੱਲ ਹੈ। ਪੁਲਿਸ ਨੇ ਉਹ ਪੁਲਿਸ ਦੇ ਜਿਹੜੇ ਛੋਟੇ ਮੁਲਾਜ਼ਮ, ਮੈਨੂੰ ਇੱਕ ਹੌਲਦਾਰ ਮੈਡੀਕਲ ਕਾਲਜ 'ਚ ਮਿਲਿਆ ਸੀ, ਉਹਨੇ ਕਿਹਾ ਸੀ, ਕਹਿੰਦਾ ਜੀ ਅਸੀਂ ਆਪਦੇ ਅਫਸਰਾਂ ਨੂੰ ਹੱਥ ਜੋੜ ਜੋੜ ਕਹਿੰਦੇ ਰਹੇ ਵੀ ਇਹਦਾ ਨਾਮ ਜਪੀ ਜਾਂਦੇ, ਇਹਨਾਂ ਨੂੰ ਨਾ ਕਰੋ, ਪਰ ਇਹਨਾਂ ਦੇ ਕੋਈ ਆਰਡਰ ਸੀ, ਇਹਨਾਂ ਦੀ ਪ੍ਰੀ ਪਲਾਂਟ ਸੀ ਕਿ ਇਹਨਾਂ ਨੂੰ ਡਰਾ ਕੇ, ਇਹਨਾਂ ਨੂੰ ਧਮਕਾ ਕੇ ਅਸੀਂ ਉਹਨੂੰ ਸਰਸੇ ਵਾਲੇ ਨੂੰ ਖੁਸ਼ ਕਰਨਾ। ਸੋ ਇਹ ਸਾਰੀਆਂ ਚੀਜ਼ਾਂ, ਇਸ ਕਰਕੇ ਇਹਦਾ ਨਾਂ ਬੇਅਦਬੀ ਦਲ ਹੈ। ਲੋਕ ਵਿਸ਼ਵਾਸ ਕਿਵੇਂ ਕਰਨਾ? ਦੇਖੋ ਜੀ, ਇਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਨੇ ਸਾਂਝੇ ਆ। ਹਰੇਕ ਬੰਦਾ ਗੁਰੂ ਦੇ ਪਿਆਰ ਦੇ ਵਿੱਚ ਸਮਾਗਮ ਕਰ ਸਕਦਾ, ਇਹ ਕੋਈ ਮਾੜੀ ਗੱਲ ਨਹੀਂ। ਦੇਖੋ ਜੀ, ਜਿਹੜਾ ਜਿਹੜਾ ਬੰਦਾ ਗੁਰੂ ਤੇ ਸਿਆਸਤ ਕਰੂਗਾ ਉਹਦਾ ਹਾਲ ਬਾਦਲ ਵਰਗਾ ਹੋਣਾ। ਅੱਜ ਬਾਦਲ ਦਾ ਨਾਂ ਲੈਣਾ ਨਹੀਂ ਪਸੰਦ ਕਰਦੇ ਗੁਰਸਿੱਖ। ਅੱਜ ਭਾਵੇਂ ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਜਿਹਨੂੰ ਸਮਝ ਹੈ, ਉਹ ਅੱਜ ਬਾਦਲ ਦਾ ਨਾਂ ਲੈਣਾ ਨਹੀਂ ਪਸੰਦ ਕਰਦੇ। ਮਜਬੂਰੀ ਹੋ ਸਕਦੀ ਹੈ, ਲੇਕਿਨ ਉਹਦਾ ਨਾਂ ਲੈਣਾ ਨਹੀਂ ਪਸੰਦ ਕਰਦੇ। ਸੋ ਜਿਹੜਾ ਬੰਦਾ ਸਿਆਸਤ ਕਰੂਗਾ ਉਹਦਾ ਹਾਲ ਇਹੀ ਹੋ। ਸਮਾਂ ਆਉਂਦਾ ਜੀ, ਬਿਲਕੁਲ ਅੱਧਾ ਕੁ ਇਨਸਾਫ ਤਾਂ ਮਿਲ ਗਿਆ, ਖੂੰਜੇ ਲਾ ਤੇ ਆ, ਦੋ ਹੀ ਸੀਟਾਂ ਮਿਲੀਆਂ ਉਹਨਾਂ ਨੂੰ, ਤੇ ਅੱਗੇ ਵੀ ਇਹਨਾਂ ਨੂੰ ਕਿਸੇ ਨੇ ਵੋਟ, ਇਹਨਾਂ ਦੇ ਲੋਕਾਂ ਨੇ ਛਿੱਤਰ ਨਹੀਂ ਮਾਰਨੇ ਕਿਸੇ ਨੇ। ਸੋ ਸਮਾਂ ਆਉਣ ਦਿਓ, ਸਭ ਕੁਛ ਹੋਊਗਾ। ਕੈਪਟਨ ਅਮਰਿੰਦਰ ਸਿੰਘ ਦੀਆਂ ਵੀ ਅੱਖਾਂ ਹੁਣ ਖੁੱਲ੍ਹ ਜਾਣੀਆਂ, ਉਹਨੂੰ ਇਹ ਕਰਨਾ ਪਏਗਾ, ਜੇ ਨਾ ਕੀਤਾ ਤਾਂ ਇਹਨਾਂ ਨਾਲ ਮਾੜਾ ਹਾਲ ਕੈਪਟਨ ਅਮਰਿੰਦਰ ਸਿੰਘ ਦਾ। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਧਰਮਿੰਦਰਜੀਤ ਸਿੰਘ ਜੀ। ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ। ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ। ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ। ਲਵ ਮੈਰਿਜ, ਲਾਟਰੀ ਨੰਬਰ, ਪੀਆਰ ਪ੍ਰੋਬਲਮ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ, ਘਰ ਵਿੱਚ ਕਲੇਸ਼, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ, ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਧਰਮਿੰਦਰਜੀਤ ਸਿੰਘ ਜੀ ਨਾਲ 9878484826।